ਆਊਜ਼ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਅਸਲਾਮੁ ਅਲੈਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਬਿਸ਼ਾਰਤ ਅਲੀ ਟੀ ਵੀ ਔਰ ਮੈਂ ਤੁਹਾਡਾ ਮੇਜ਼ਬਾਨ ਬਿਸ਼ਾਰਤ ਅਲੀ। ਨਾਜ਼ਰੀਨ, ਸਭ ਤੋਂ ਪਹਿਲੇ ਜਿਹੜੀ ਲੋਕੇਸ਼ਨ ਹੈ ਸਾਡੀ ਆਰਵਾਲਾ ਅਤੇ ਚੱਕ ਨੰਬਰ 76EB, ਮਾਸ਼ਾਅੱਲਾ 8 ਮੱਝਾਂ ਤੋਕੜਾ ਮੱਝਾਂ ਲੈ ਕੇ ਹਾਜ਼ਰ ਹੋ ਗਏ ਹਾਂ। ਕਈਆਂ ਦੇ ਮਗਰ ਬੱਚੇ ਨੇ, ਕਈ ਵਿੱਚ ਗੱਭਣਾਂ ਨੇ। ਉਹ ਜਿਵੇਂ ਜਿਵੇਂ ਜਾਨਵਰ ਵਿਖਾਉਂਦੇ ਜਾਵਾਂਗੇ, ਉਵੇਂ ਉਵੇਂ ਹੀ ਦੋਸਤਾਂ ਨੂੰ ਨਾਲ ਡਿਟੇਲ ਦੱਸਦੇ ਜਾਵਾਂਗੇ ਕਿ ਇਹ ਇੰਨੇ ਮਹੀਨੇ ਦੀ ਗੱਭਣ ਹੈ, ਇਹਦੇ ਮਗਰ ਕੱਟੀ ਹੈ, ਇਹਦੇ ਮਗਰ ਕੱਟਾ। ਅਤੇ ਚੋਟੀਆਂ ਨੇ ਜੀ, ਅੱਲਾਹ ਦੇ ਹੁਕਮ ਦੇ ਨਾਲ ਦੋਸਤਾਂ ਨੂੰ ਅੱਜ ਬੜੀਆਂ ਹੀ ਪਸੰਦ ਆਉਣਗੀਆਂ। ਸਭ ਤੋਂ ਪਹਿਲੇ ਬੋਲੀ ਖੱਬੀ ਸਾਈਡ ਤੋਂ ਚੋਟੀ ਦੇ ਚੀਰਾਂ ਦਾ ਸਫੈਦ, ਦੋਵੇਂ ਅੱਖਾਂ ਸਫੈਦ ਅਤੇ ਬਿੱਲੀਆਂ ਟਿਊਬਵੈੱਲ, 5 ਕਲਿਆਣ ਹੈ ਜੀ। ਸਿੱਧੇ ਲਫਜ਼ਾਂ ਦੇ ਵਿੱਚ 4 ਖੁਰ ਧੋਤੇ ਚੈੱਕ ਕਰ ਲਓ, ਫਿਰ ਮੁੱਛ ਤੋਂ ਲੈ ਕੇ ਸਿਰ ਤੱਕ ਲਕੀਰ ਜਾਂਦੀ, ਸੋਹਣੀ ਅੱਖ ਅਤੇ ਪਹਿਲਣ ਚੋਟੀ ਸੂਈ ਹੋਈ, ਮਗਰ ਇਹਦੇ ਕੱਟੀ ਹੈ, ਇਸ ਚੋਟੀ ਦੇ ਮਗਰ ਕੱਟੀ ਹੈ ਜੀ। ਮਾਸ਼ਾਅੱਲਾ, ਕਮਾਲ ਦਾ ਹੀਰਾ, ਕਮਾਲ ਦਾ ਇਹ ਬ੍ਰਾਂਡ ਚੋਟੀ ਹੈ, ਬਹੁਤ ਖੂਬਸੂਰਤੀ ਹੈ ਇਹਦੇ ਵਿੱਚ। ਵੀਡੀਓ ਜਿਹੜੇ ਟਾਈਮ ਬਣ ਰਹੀ ਹੈ, ਤਕਰੀਬਨ 8:30 ਦਾ ਟਾਈਮ ਹੈ ਸੂਬਾ ਫਸਟ ਟਾਈਮ ਦਾ, ਔਰ ਚੋਈਆਂ ਹੋਈਆਂ ਮੱਝਾਂ ਨੇ, ਇਹ ਮੱਝ ਚੋਈ ਹੋਈ ਹੈ, ਇਹਦੀ ਕੱਟੀ ਜਿਹੜੀ ਹੈ ਉਹ ਵੀ ਦੋਸਤਾਂ ਨੂੰ ਵਿਖਾ ਦਿੰਦੇ ਹਾਂ। ਔਰ ਥਾਣੇ ਨੂੰ ਮਾਸ਼ਾਅੱਲਾ ਕਮਾਲ ਦਾ ਲੱਗਿਆ ਹੋਇਆ, ਪੂਰੀ ਮੁੱਠ ਮੁੱਠ ਦਾ ਮੋਟਾ ਅਤੇ ਸੋਹਣੀਆਂ ਵੰਡਾਂ ਵਿਰਲਾਂ 'ਤੇ, ਧੁੰਨੀ ਕੋਲ ਹੀ, ਚੋਟੀ ਕੋਲ ਬਿਲਕੁਲ ਕੋਈ ਨਹੀਂ। ਯਾਸੀ ਨੇ ਇਹਨੂੰ ਤੋਰ ਕੇ ਲਿਆ ਇੱਧਰ ਕੱਟੀ ਕੋਲ, ਨਾਲੇ ਕੱਟੀ ਵੇਖ ਜਾਏਗੀ, ਘੱਡੀ ਖੁੱਡਾ ਛੁੱਡਾ ਚੋਟੀ, ਬਿਹਤਰੀਨ ਜਿਹੜੀ ਹੈ ਨਸਲ ਜ਼ਾਤ ਵਾਲੀ ਅਤੇ ਬਿਹਤਰੀਨ ਹਵਾਨੇ ਰੱਖਦੀ ਹੈ। ਸਜਰਾਂ ਵਾਲੇ ਕੰਮ ਨੇ, ਆਪਾਂ ਤੋਕੜਾਂ ਵਾਲੇ ਮੁੱਲਾਂ 'ਚ ਦੇਣੀ ਹੈ। ਇਹ ਜੀ ਇਹਦੀ ਕੱਟੀ ਹੈ ਦੋਸਤਾਂ ਦੇ ਸਾਹਮਣੇ, ਪਿੱਛੇ ਵੀ ਮਾਸ਼ਾਅੱਲਾ ਕੱਟੀ, ਦੋ ਮੱਝਾਂ ਇੱਕ ਮੁੱਲ 'ਚ ਲਿਆ ਗਿਆ ਸੀ ਨੇ ਇਹਨੂੰ ਬੰਨ। ਯਾਸੀ ਨਾਲ ਨਾਲ ਹੀ ਆਪਾਂ ਡਿਟੇਲ ਦੱਸ ਜਾਂਦੇ, ਇਸ ਝੋਟੀ ਕੋਲ ਦੁੱਧ ਕਿੰਨਾ? 7 ਕਿਲੋ ਤਾਂ ਮਿਲਦੀ ਕੱਟੇ 'ਤੇ। ਇਹ ਕੱਟੀ ਹੈ ਜੀ, ਦੋ ਟਾਈਮ ਇਸ ਕੱਟੀ 'ਤੇ ਮਿਲਦੀ, ਕੱਟੀ ਕੋਲ ਵੀ ਉਵੇਂ ਲਕੀਰ ਆਉਂਦੀ, ਲੇਕਿਨ ਕੱਟੀ ਕੋਲ ਸਜਰੀ ਸਾਈਡ ਤੋਂ ਐਵੇਂ ਥੋੜ੍ਹੀ ਜਿਹੀ ਬਿੱਲੀਆਂ ਅੱਖਾਂ। ਅੱਛਾ, ਅਤੇ 7 ਕਿਲੋ ਦੁੱਧ ਦੋ ਟਾਈਮ ਮਿਲਦੀ, ਪਹਿਲਾਂ ਸੁਬਹਾ ਸੂਈ ਹੈ, ਇਹਦਾ ਹੁਣ ਮੁੱਲ ਕੀ? ਮੁੱਲ ਇਹਦਾ 3.5 ਲੱਖ 3 ਲੱਖ 30 ਹਜ਼ਾਰ। 3.5 ਲੱਖ ਰੁਪਈਆ ਮੁੱਲ, 20,000 ਰੁਪਈਆ ਲੈਸ ਕੀਤੀ ਅਤੇ 3,30,000 ਕਰ ਦਿੱਤਾ, ਇਹਦੇ 'ਚ ਵੀ ਕੋਈ ਥੋੜ੍ਹੀ ਬਹੁਤੀ ਹੈ ਹੋ ਜਾਏਗੀ। ਮਾਸ਼ਾਅੱਲਾ ਜੀ, ਬੜੀ ਸੋਹਣੀ ਗੱਲ ਕੀਤੀ ਅਤੇ ਬੜੀ ਸੋਹਣੀ ਝੋਟੀ ਜੀ। ਅੱਗੇ ਆ ਗਈ ਜੀ, ਗੱਭਣ ਤਾਂ ਕੋਣੀ? ਗੱਭਣ ਉੱਧਰ ਲਿਆ, ਠੀਕ ਹੈ, ਮੈਂ ਐਂ ਤਾਂ ਪੁੱਛ ਰਿਹਾ। ਅੱਗੇ ਆ ਗਈ ਜੀ, ਉਸ ਤੋਂ ਵੀ ਬ੍ਰਾਂਡ ਸੋਹਣਾ, ਕਾਲੀ ਕੱਟ ਝੋਟੀ, ਸ਼ਕਲੋਂ ਵੇਖਣ 'ਚ ਇਹ ਵੀ ਪਹਿਲਣੀ ਲੱਗਦੀ ਹੈ, ਪਹਿਲਣੀ ਹੈ ਜੀ। ਛੋਟਾ ਛੋਟਾ ਸਿੰਘ, ਗੋਲ ਅਤੇ ਕਾਲੀ ਸ਼ਾਹ, ਮਾਸ਼ਾਅੱਲਾ ਝੋਟੀ ਹੈ, ਇੱਕ ਰੰਗੀ ਚੂਰਕੁੰਡਾ, ਛੋਟਾ ਸਿੰਘ, ਅਤੇ ਇਹਦੇ ਕੋਲ ਤੋਕੜ ਹੋ ਕੇ ਵੇਖ ਲਓ ਜੀ, ਪੂਰੀ ਗਿੱਠ ਜਿਹੜੀ ਹੈ ਉਹ ਹਵਾਨੇ ਦੇ ਵਿੱਚ ਪੈਂਦੀ ਹੈ। ਐਨੀਆਂ ਵੱਡਾਂ ਵਿਰਲਾਂ ਹੁਣ ਵੀ ਲੈ ਕੇ ਖੜੀ, ਅਤੇ ਧੁੰਨੀ ਦੀ ਨਮੋ ਨਿਸ਼ਾਨ ਕੋਣੀ, ਕੈਮਰਾ ਥੱਲੂ ਲੱਗਿਆ ਖੜਾ, ਪੂਰੀ ਮੁੱਠ ਮੁੱਠ ਦਾ ਮੋਟਾ ਅਤੇ ਸੋਹਣਾ ਥਣ ਇਹਨੂੰ ਯਾਸੀਨ ਕਰੀ ਨਾ। ਵਾਹ, ਕਿਆ ਮਾਸ਼ਾਅੱਲਾ ਹੀਰਾ, ਹੱਡੀ ਇਹਦੀ ਵੀ ਇੱਕ ਸੋਹਣੀ ਝੋਟੀ, ਮਾਸ਼ਾਅੱਲਾ। ਥੋੜ੍ਹਾ ਜਿਹਾ ਯਾਸੀਨ ਇਹਨੂੰ ਖੋਲ੍ਹ ਕੇ ਤੋਰ ਦੇ। ਲੁੱਡਣ ਦੀਆਂ, ਲੁੱਡਣ ਦੇ ਇਲਾਕੇ ਦੀਆਂ ਮੱਝਾਂ ਜੀ, ਲੁੱਡਣ ਵਾਲੀ ਸਾਈਡ ਤੋਂ ਯਾਸੀਨ ਲੱਭ ਕੇ ਲਿਆਇਆ ਹੈ। ਮਾਸ਼ਾਅੱਲਾ, ਕਿਆ ਬਾਤ ਹੈ, ਕਿਆ ਬਾਤ।
ਸੋਹਣੀਆਂ ਨੇ, ਬਿਲਕੁਲ ਲੱਗਦੀਆਂ ਵੀ ਉਧਰੋਂ ਦੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ, ਇਹ ਚੋਟੀ ਪਹਿਲਾਂ ਸੁਬਹ ਸੂਈ ਹੈ, ਦੁੱਧ ਕਿੰਨਾ ਸੁਆ? ਪੂਰਾ 5 ਕਿਲੋ ਗੜਵੀ ਮਾਰਵਾਂ, ਦੋ ਟਾਈਮ ਚੋ ਕੇ ਲੈ ਜਾਵੇ, 5 ਕਿਲੋ ਪਾੜੇ 'ਤੇ ਮਿਲਦੀ ਟੀਕਾ ਲਾਉਣਾ ਤੂੰ? ਟੀਕਾ। ਸੋਹਣੀ ਗੱਲ ਜੀ, ਇਹ ਤੋਂ ਹੀ ਨਾ ਗੱਲ ਹਵਾਨਾ ਮਾਸ਼ਾਲਾ, ਪਿੱਛੇ ਸੂ ਤੱਕ ਚੋਟੀ ਕੋਲ। ਇਹ ਚੋਟੀ ਦਾ ਮੁੱਲ ਕਿੰਨਾ? ਇਹਦਾ ਮੁੱਲ ਜੀ 2,70,000 ਮੰਗਣਾ ਤਾਂ 2,60,000 ਜੀ। ਕਮਾਲ ਜੀ, ਮਾਸ਼ਾਅੱਲਾ, ਇਹ ਤੋਂ ਹੀ ਨਾ ਗੱਲ, 2,60,000 ਦੀ ਚੋਟੀ ਜੀ, ਸੇਲਾਂ ਲੱਗ ਗਈਆਂ, ਗੱਬਣ ਕੋਣੀ? ਇਹ ਤਾਂ ਯਾਰ ਮਾਲਕ ਕਹਿੰਦੇ ਸੀ 20 ਦਿਨਾਂ ਦੀ, ਪਤਾ ਨਹੀਂ ਵੀ ਅਸੀਂ ਲਵਾਈ ਜਾਂਗਲੀ ਬੰਦੇ ਨੇ, ਕੂੜੀ ਮਾਰ ਸਕਦੇ ਆਪਾਂ, ਕੋਈ ਜ਼ਿੰਮੇਦਾਰੀ ਨਹੀਂ, ਆਪਾਂ ਕੋਈ ਜ਼ਿੰਮੇਦਾਰੀ ਨਹੀਂ ਲੈਣੀ, ਮਾਲਕ ਕਹਿੰਦੇ ਸੀ। ਚੱਸ ਕਰਾ ਦਿੱਤੀ, ਗੁੱਡ ਹੋ ਗਿਆ, ਮਾਸ਼ਾਅੱਲਾ। ਅੱਗੇ ਆ ਗਈ ਜੀ ਚੋਟੀ ਨੰਬਰ 3 ਜੀ, ਮਾਸ਼ਾਅੱਲਾ ਜੀ, ਚੋਟੀ ਦੀ ਬਣਾਵਟ ਚੈੱਕ ਕਰਨੀ ਹੈ। ਇਹ ਘੱਡੀ ਖਲੀ ਹੈ ਮਾਸ਼ਾਅੱਲਾ, ਬਰੀਕ ਉਤਾਂ ਹਵਾਨਾ ਜਿਹੜਾ, ਹੁਣ ਵੀ ਵੇਖ ਲਓ ਕਿ ਪੱਟਾਂ 'ਚੋਂ ਬਾਹਰ ਆਉਂਦਾ ਪਿਆ, ਮਾਸ਼ਾਅੱਲਾ। ਸੋਹਣੀ ਅਤੇ ਕਾਲੀ ਸ਼ਾਹ, ਇਹ ਵੀ ਸਿਰਫ ਪੂਛ ਥੋੜ੍ਹੀ ਜਿੰਨੀ ਸਫੈਦ ਹੈ, ਬਾਕੀ ਮਾਸ਼ਾਅੱਲਾ ਕਾਲੀ ਹੈ, ਮਾਸ਼ਾਅੱਲਾ ਜੀ। ਇਹ ਮੱਝ ਜਿਹੜੀ ਹੈ ਚੋਵਣ ਵਾਲੀ ਹੈ, ਥਣਾਂ ਦੇ ਵਿੱਚ ਤਾਂ ਦੁੱਧ ਪਾਈ ਖਲੀ, ਬਾਕੀ ਥਣ ਜਿਹੜਾ ਉਹ ਸੋਹਣਾ, ਹੁਣ ਥਣਾਂ ਦੇ ਵਿੱਚ ਜਿਵੇਂ ਕਹਿ ਲਓ ਡੋਕੇ ਧਾਰਾਂ ਪਾਉਣ ਨਾਲ ਥੋੜ੍ਹਾ ਜਿਹਾ ਤਣ ਮੁੱਠੂ ਬਾਹਰ ਪਿਆ ਲੱਗਦਾ, ਬਾਕੀ ਮਾਸ਼ਾਅੱਲਾ। ਖੋਲ੍ਹ ਕੇ ਇਹਨੂੰ ਟੋਰੀ ਦਾ ਥੋੜ੍ਹੀ ਯਾਸਿਨ, ਦੁੱਧ ਵੀ ਇਹਨੂੰ ਪੂਰਾ 7 ਕਿਲੋ ਗੜਵੀ ਮਰਾਵਾਂਗੇ ਜੀ ਇਸ ਮਹੀਨੇ, ਮਾਸ਼ਾਅੱਲਾ। 7 ਉਹ ਟਾਈਮ 7 ਤੋਂ ਪੌਣੇ 7 ਵਜੇ ਮੈਂ ਨਾ ਭੁੱਲ ਜਾਏ ਸ਼ਹਿਜ਼ਾਦਾ। ਹਾਂਜੀ, ਬਸ 7 ਕਿਲੋ ਜੀ, 7 ਕਿਲੋ 'ਚ ਪਾਈਆ ਵੀ ਘੱਟ ਹੋਵੇ, ਮੱਝ ਨਾ ਲਿਜਾਵੇ ਭਾਈ ਯਾਸਿਨ ਦਾ ਇਹ ਦਾਅਵਾ ਜੀ। ਸੱਜਣਾ ਜੀ ਨੇ ਹਵਾਨੇ ਲੈ ਕੇ ਫਿਰਦੀ, ਹੁਣ ਵੀ ਦੁੱਧ 'ਤੇ ਇਹਨੇ ਇੰਨਾ ਤਾਂ ਰਸ ਕੇ ਦੇ ਹੀ ਦੇਣਾ, 7 ਕਿਲੋ ਭਰਾਵਾ ਦੁੱਧ ਦਿੰਦੇ ਇਨਸ਼ਾਅੱਲਾ, ਮਾਸ਼ਾਅੱਲਾ। ਬੰਦ ਯਾਸਿਨ, ਅੱਛਾ ਇਹ ਪਾੜੇ 'ਤੇ ਮਿਲਦੀ ਕਿ ਟੀਕੇ 'ਤੇ? ਯਾਰ ਨਾ ਪਿੱਛੇ ਮੈਂ ਪਾੜੇ 'ਤੇ, ਇੱਥੇ ਦਿਹਾੜੀ ਬੁੱਟੀ ਰਾਤੀ ਜਾਂਦੀਆਂ, ਫਿਰ ਟੀਕਾ ਟੂਕਾ ਲਾਉਣਾ ਪੈਂਦਾ ਐਵੇਂ। ਨਾਲੇ ਗੱਲ ਵੀ ਸਹੀ ਹੈ, ਕਿਉਂਕਿ ਗੱਲ ਇਸ ਤਰ੍ਹਾਂ ਹੋ ਜਾਂਦਾ ਨਾ, ਇੱਥੇ ਹੁਣ 7-8 ਜਾਨਵਰ ਨੇ, ਇਹ ਪਹਾੜੇ 'ਤੇ ਇੱਥੇ ਪਸਮਾਉਣ ਲੱਗਿਆਂ ਤਾਂ ਸ਼ਾਮਾਂ ਪੈ ਜਾਵਣ। ਮੈਂ ਟੀਕੇ 'ਤੇ ਚੋਈ, ਉਹ ਹੀ ਨਾ ਇੰਨੀਆਂ ਮੱਝਾਂ ਮਾਸ਼ਾਅੱਲਾ ਜਿਹੜਾ ਉਹ ਪਹਾੜੇ 'ਤੇ ਚੋਈਆਂ ਵੀ ਨਹੀਂ ਜਾਂਦੀਆਂ, ਕਿਉਂਕਿ ਪਹਾੜੇ 'ਤੇ ਥੋੜ੍ਹਾ ਜਿਹਾ ਮੱਝ ਟਾਈਮ ਲੈਂਦੀ, ਟੀਕਾ ਮਾਰੋ ਉਹ ਇੱਕ ਚੋਂਦਿਆਂ ਦੂਜੀ ਪਸਮਿਆਂ ਦੇ। ਇਹਦਾ ਮੁੱਲ ਕਿੰਨਾ ਮੁਹੱਬਤ ਵਾਲੇ ਮੁੱਲ? ਮੁੱਲ 2,75 ਮੰਗਣਾ ਅਤੇ 2,65,000 ਰਹਿੰਦਾ ਵੀ। ਜਾ ਰਾਜੀ ਹਾਂ, ਮਾਸ਼ਾਅੱਲਾ ਯਾਸਿਨ, ਕਮਾਲ ਕਰ ਦਿੱਤੀ। ਅੱਗੇ ਗੱਬਣ ਇਹਦਾ ਕੋਈ ਯਾਰ ਕੋਈ ਕਨਫਰਮ ਨਹੀਂ ਜੀ, ਮਾਲਕ ਆਖਦੇ ਨੇ ਆਪਾਂ ਵੀ ਆਖਦੇ ਨੇ, ਪਰ ਕਿਹੜੀ ਗੱਬਣ ਡਾਕਟਰੀ ਚੈੱਕ ਹੋਵੇ ਨਾ, ਹਾਂ ਉਹਨੂੰ ਗੱਬਣ ਆਉਂਦੇ। ਠੀਕ ਹੋ ਗਿਆ, ਮਾਸ਼ਾਅੱਲਾ ਜੀ। ਅੱਗੇ ਐਂਡ 'ਤੇ 3-4 ਮੱਝਾਂ ਜਿਹੜੀਆਂ ਨੇ ਉਹ ਗੱਬਣ ਹੈਗੀਆਂ ਨੇ ਦੋਸਤਾਂ ਨੂੰ। ਆਏ ਹਾਏ ਮਾਸ਼ਾਅੱਲਾ, ਕਿਆ ਚੋਟੀ ਕੋਲ ਕੱਦ ਹੈ ਜੀ, ਬੜਾ ਕੱਦ ਹੈ, ਪਹਿਲਣੀ ਪਹਿਲਣ ਹੈ ਅਤੇ 6 ਦੰਦ, ਮਾਸ਼ਾਅੱਲਾ। ਚੋਟੀ ਕੋਲ ਢੇਰ ਕੱਦ ਹੈ ਅਤੇ ਕੂੰਜ ਵਾਂਗੂ ਲੰਮੀ ਗਰਦਨ ਵੀ, ਲੰਮੀ ਅੱਗੋਂ ਵੀ ਲੰਮੀ, ਮਾਸ਼ਾਅੱਲਾ। ਅੱਗੋਂ ਥੋੜ੍ਹੀ ਜਿਹੀ ਨੀਵੀਂ ਅਤੇ ਪਿੱਛੋਂ ਵੇਖ ਲਓ ਹੱਡੀਆਂ ਉੱਚੀਆਂ ਮੱਝਦੀਆਂ ਜਾਂਦੀਆਂ ਨੇ। ਥਣ ਚੋਟੀ ਕੋਲ ਬੜਾ ਹੀ ਖੂਬਸੂਰਤ ਅਤੇ ਪਿਆਰਾ, ਪੂਰੀ ਮੁੱਠ ਦਾ ਲਾਟੂ ਥਣ ਲੱਗਿਆ ਹੋਇਆ ਜੀ। ਇਹਨੂੰ ਯਾਸਿਨ ਬਾਹਰ ਕੱਢੀ ਨਾ, ਸਿੰਘ ਬੜਾ ਸੋਹਣਾ ਚੋਟੀ ਕੋਲ, ਅੱਗੋਂ ਲੰਮੀ ਬੂਥੀ, ਚੰਗਾ ਮਾਸ਼ਾਅੱਲਾ ਕੱਦ, ਕਿਆ ਬਾਤ ਹੈ। ਪਹਿਲਣ ਚੋਟੀ ਹੈ ਜੀ, ਅੱਗੇ ਨੇ ਦੂਸਰਾ ਸੂਆ ਸੁਣਿਆ। ਅੱਛਾ ਸਹੀ, ਅੱਛਾ ਹਾਂ, ਆਪਣਾ ਤਾਂ ਰੱਖਣ ਵਾਲਾ ਹਿਸਾਬ ਵੀ ਨਹੀਂ ਗਾ। ਠੀਕ ਹੋ, ਅੱਛਾ ਮਾਸ਼ਾਅੱਲਾ।
ਆਪਾਂ ਫੰਡਰ ਜਿਵੇਂ ਲਿਆਂਦੀ ਰੱਖਿਆ ਮਾਸ਼ਾਅੱਲਾ। ਅੱਛਾ ਇਹਦੇ ਕੋਲ ਯਾਸੀਨ ਦੁੱਧ ਕਿੰਨਾ? 5 ਕਿਲੋ ਭਾਅ ਜੀ ਇਹਦੇ ਕੋਲ, 7-8 ਕਿਲੋ, 5 ਕਿਲੋ ਦੁੱਧ ਵਿੱਚ ਲੈ ਜਾਓ। ਦੋ ਟਾਈਮ ਮਿਲਦੀ? ਇੱਕ ਟਾਈਮ, ਦੋ ਟਾਈਮ ਮੈਂ ਦੋ ਟਾਈਮ ਚੋਣ ਮੈਂ। ਠੀਕ ਹੈ, ਸਾਰੀਆਂ ਦੋ ਟਾਈਮ। ਇਹਦਾ ਮੁੱਲ ਕੀ? ਇਹਦਾ 2,70,000 ਰੁਪਇਆ ਬਸ ਸੇਲ ਵਾਲਾ ਹਿਸਾਬ ਯਾਰ। 2,70,000 ਕਮਾਲ ਕਰ ਦਿੱਤੀ ਯਾਸੀਨ, ਬਹੁਤ ਸੋਹਣੀ ਗੱਲ। ਇਹਨੂੰ ਮਾਸ਼ਾਅੱਲਾ ਇਹ ਆ ਗਿਆ ਜੀ ਇੱਕ ਫਿਰ ਹੀਰਾ, ਕਿਆ ਬਾਤ ਹੈ। ਇਹ ਵੇਖੋ ਵੱਟ ਪਏ ਨੇ ਹਵਾਨਿਆਂ ਦੇ ਕਿ ਨਹੀਂ, ਚੈੱਕ ਕਰੋ, ਵਧਰਾਂ ਪਈਆਂ ਨੇ। ਇਹ ਅੱਲਾ ਦੇ ਹੁਕਮ ਦੇ ਨਾਲ ਟਾਈਮ 'ਤੇ ਆਈ ਮੱਝ ਨੇ, ਵਧਰਾਂ ਵੁਧਰਾਂ ਕੱਢ ਜਾਣੀਆਂ ਨੇ ਅਤੇ ਪੂਰੀ ਗਿੱਠ ਗਿੱਠ ਜਿਹੜੀ ਹੈ ਨਾ ਉਹ ਪੱਟਾਂ ਦੇ ਵਿੱਚੋਂ ਇਨਸ਼ਾਅੱਲਾ ਇਸ ਮੱਝ ਦਾ ਹਵਾਨਾ ਬਾਹਰ ਹੋਵੇਗਾ ਜੀ। ਬਿਹਤਰੀਨ ਖੁੱਡਾ, ਬਿਹਤਰੀਨ ਕੱਦ, ਬਿਹਤਰੀਨ ਥਣ, ਮੁੱਠ ਮੁੱਠ ਦਾ ਖੋਲ੍ਹ ਕੇ ਬਾਹਰ ਲਿਆਵੀਂ ਨਾ, ਇਹਦੇ ਵੀ ਚੀਰ ਜਿਹੜਾ ਹੈ ਨਾ ਦੋਵੇਂ ਅੱਖਾਂ ਜੀ ਸਫੈਦ ਨੇ ਪੂਰੀਆਂ ਬਿੱਲੀਆਂ। ਘਟਾਉਂਦੇ ਨਹੀਂ, ਨਹੀਂ ਮਾਸ਼ਾਅੱਲਾ ਕਿਆ ਬਾਤ। ਮੱਝ ਦੁੱਧ ਵਾਲੀ ਨਜ਼ਰ ਪਈ ਆਉਂਦੀ ਵਾਨਾ ਮੱਝ ਕੋਲ, ਮਾਸ਼ਾਅੱਲਾ ਟਾਈਮ 'ਤੇ ਬੜਾ ਬਣਾਉਂਦੀ ਹੋਣੀ। ਯਾਸੀਨ ਇਹਨੇ ਸੁਬਾ ਕਿਨਵਾਂ ਸੁਣਾ ਅੱਗੇ? ਨਹੀਂ ਅੱਗੇ ਤੀਸਰਾ ਸੁਣਾ, ਦੂਸਰਾ ਸੂਈ ਹੋਈ, ਤੀਸਰਾ ਸੂਆ ਇਹਨੇ ਅੱਗੇ ਸੁਣਾ। ਇਹਦੇ ਪੈਸੇ ਕਿੰਨੇ ਨੇ? ਇਹਦਾ ਮੁੱਲ ਤਾਂ ਮੈਂ ਮੰਗਦਾ ਬੜਾ ਸਾਰਾ ਪਰ 2,80,000। 2,80,000 ਰੁਪਈਆ ਮਾਸ਼ਾਅੱਲਾ, 2,80,000 ਜੀ ਇਹਦੇ 'ਚ ਪਿਆਰ ਮੁਹੱਬਤ ਹੋ ਜਾਏਗਾ। ਅੱਗੇ ਆ ਗਈ ਜੀ ਇੱਕ ਹੋਰ ਕਮਾਲ ਦਾ ਬ੍ਰਾਂਡ ਚੋਟੀ, ਇਹਨੂੰ ਲਿਆ ਜ਼ਰਾ ਬਾਹਰ, ਇੱਥੇ ਥੋੜ੍ਹਾ ਜਿਹਾ ਨਾ ਅੰਦਰ ਹੈ ਨੇਰਾ ਜੀ ਮਾਸ ਫਬਣੀ ਹੈ ਤੇ ਛੇੜ ਦੀ ਮੱਝ, ਕਿਆ ਬਾਤ ਹੈ ਜੀ। ਪੂਰੀ ਨਸਲੀ ਹੈ, ਪੂਰੀ ਬਰੀਕ ਹੈ, ਬ੍ਰਾਂਡ ਪੂਛ ਵੇਖ ਲਓ ਇੰਜ ਜਿਵੇਂ ਛੋਟੀ ਉਂਗਲ ਹੱਥ ਦੀ ਕੂੰਜ, ਪਿਓਰ ਜਾਂਗਲੀ ਮੱਝ ਹੈ ਜੀ। ਇਹ ਗੱਬਣ ਹੈ, 5 ਮਹੀਨਿਆਂ ਦੀ ਗੱਬਣ ਹੈ ਜੀ। ਚੈੱਕ ਕਰਵਾ ਕੇ ਜਿਹੜਾ ਸੱਜਣ ਆਵੇ ਇੱਥੇ ਆਦੀ ਚੈੱਕ ਕਰਾਵੇ, 5 ਮਹੀਨਿਆਂ ਦੀ ਗੱਬਣ। ਦੁੱਧ ਹੈਗਾ ਕਿ ਨਹੀਂ? ਥਣ ਪਾਸ ਕਰਾਉਂਦੀ ਹੈ, ਇੰਨਾ ਹੈਗਾ ਵੀ ਥਣ ਪਾਸ ਕਰਾਉਂਦੇ। ਸੂਆ ਇਹਨੇ ਅੱਗੇ ਕਿਨਵਾ ਸੁਣਿਆ? ਹੁਣ ਤੀਸਰਾ ਸੂਬਾ ਸੁਣੇ ਚੁੱਕੇ, ਜੈਨਮਨ ਤੀਸਰਾ ਸੂਬਾ, ਵਾਹ ਕਮਾਲ ਹੋ। ਮਰਜ਼ੀ ਬੰਦਾ ਉੱਤੇ ਅੱਜ ਮੈਂ ਦੀ ਨਸਲ ਦਾ ਪਸਾਣ, ਹੱਡੀਆਂ ਮੈਂ ਦੇ ਕੈਸੀਆਂ ਤੋਂ ਸਿਰ ਕ ਦੇਖੋ, ਵਾਕਈ ਚੰਗੀ ਹੈ ਮੱਝ, ਚੰਗੀ ਇਹਦੇ 'ਚ ਕੋਈ ਸ਼ੱਕ ਨਹੀਂ, ਧੁੰਨੀ ਕੋਲੀ ਬਿਲਕੁਲ ਕੋਈ ਨਹੀਂ, ਕੱਦ ਜਿਹੜਾ ਉਹ ਮੱਝ ਕੋਲ ਚੰਗਾ। ਹੱਡੀਆਂ ਛੱਡੀਆਂ ਚੈੱਕ ਕਰ, ਮੈਂ ਨਾ ਖੁੱਡਾ ਹੀ ਦੱਸਦਾ ਪਿਆ ਮੱਝ ਦਾ ਕਿੰਨਾ ਖੁੱਲ੍ਹਾ, ਫਿਰ ਥਣ ਜਿਹੜਾ, ਫਿਰ ਹਵਾਨਾ ਜਿਹੜਾ ਵਜਵਾਂ ਉੱਤੇ, ਕੂੰਜ ਹੈ, ਬਿਲਕੁਲ ਕੂੰਜ ਹੈ ਛੋਟੀ। ਵਾਕਈ ਇਹ ਹੀਰਾ, ਇਹਦੇ ਮੁੱਲ ਕਿੰਨੇ ਨੇ? ਇਹਦਾ ਮੁੱਲ ਤਾਂ ਮੈਂ 3,80,000। 2,80,000 ਹਾਏ ਹਾਏ ਹਾਏ, ਕਮਾਲ ਦੇ ਮੁੱਲ ਨੇ ਜੀ। 2,80,000 ਰੁਪਈਆ, ਸੋਹਣੀ ਗੱਲ ਹੈ। 5 ਮਹੀਨਿਆਂ ਦੀ ਚੈੱਕ ਕਰਾ ਕੇ ਕਿਲੋ ਦੁੱਧ ਥਣ ਪਾਸਾਂ ਜੋਗਾ, ਕਿ ਕਿਲੋ ਅੱਧਾ ਹੋਣਾ ਥਣ ਪਾਸ, ਇਹਨੂੰ ਕੱਢ। ਮਾਸ਼ਾਅੱਲਾ ਜੀ ਇੱਧਰ ਵੀ ਗੱਬਨ ਖੜਾ, ਬੜਾ ਬ੍ਰਾਂਡ ਹੀਰਾ, ਇਹ ਵੀ ਤੁਹਾਨੂੰ ਐਂਡ 'ਤੇ ਵਿਖਾਉਣਾ। ਇਹ ਜੀ ਆ ਗਈ ਝੋਟੀ ਮਾਸ਼ਾਅੱਲਾ ਲੰਡੀ, ਅਤੇ ਬੜੀ ਹੀ ਥੱਲੋਂ ਦੁੱਧ ਵਾਲੀ, ਅਤੇ ਕਮਾਲ ਦਾ ਇਹ ਹੀਰਾ। ਸਿਰਫ ਇੱਕ ਪੂਛ ਤੋਂ ਰਹਿ ਗਈ, ਬਾਕੀ ਇਹਦੇ ਵਿੱਚ ਜਿਹੜੀਆਂ ਕੁਆਲਿਟੀਆਂ ਨੇ ਉਹ ਨਾਯਾਬ ਨੇ। ਦੁੱਧ 'ਚ ਕਿਸੇ ਨੂੰ ਨਹੀਂ ਸਰਜਰੀ ਜਦੋਂ ਹੁੰਦੀ ਅਪਣ ਦਿਨ ਦੀ, ਕਿਉਂ ਯਾਸੀਨ ਬੰਨ ਦਿਓ, ਬੰਨ ਦਿਓ, ਧੁੰਨੀ ਕੋਲੀ ਕੋਈ ਨਹੀਂ ਹੈਗੀ, ਇਹ ਤਾਂ ਫਿਰ ਇਹ ਕੁਦਰਤ ਦਾ ਨਿਜ਼ਾਮ ਹੈ, ਪੋਸ਼ ਲੈ ਗਈ।
ਬਾਕੀ ਮਾਸ਼ਾਅੱਲਾ ਸਾਢੇ 6 ਮਹੀਨੇ ਦੀ ਚੈੱਕ ਕਰਾ ਦੇਣਾ ਥਾਣ ਪਾਸ ਕਰਾ ਸਾਢੇ 6 ਮਹੀਨਿਆਂ ਦੀ ਠੀਕ ਹੋ ਗਿਆ ਸਾਢੇ 6 ਮਹੀਨਿਆਂ ਦੀ ਗੱਬਨ ਸੁਆ ਕੇ ਕਿਨਵਾ ਸੁਣਦੀ ਪਈ ਹੈ ਤੀਸਰੇ ਕੋ ਗਈ ਜਵਾਨ ਮੱਝ ਪੂਰੀ ਮੁੱਠ ਮੁੱਠ ਦਾ ਥਾਣ ਨੇ ਬਦਰਾਂ ਬੁਦਰਾਂ ਬੜੀਆਂ ਮੱਝ ਕੋਲ ਪਈਆਂ ਨੇ ਕੱਦ ਬੜਾ ਤੁੰਨੀ ਕੋਲ ਬਿਲਕੁਲ ਕੋ ਨਹੀਂ ਹੈਗੀ ਇਹਨੂੰ ਉਰਾ ਹੀ ਲਾਇਆ ਉਰਾ ਬਾਹਰ ਲਾਇਆ ਖੁੱਲ੍ਹੀ ਜਗ੍ਹਾ 'ਤੇ ਮਾਸ਼ਾਅੱਲਾ ਜੀ ਇਹ ਵੀ ਗੱਬਣ ਮੱਝ ਲਓ ਜੀ ਮਾਸ਼ਾਅੱਲਾ ਝੋਟੀ ਆ ਗਈ ਉੱਠ ਹੀ ਕਹਿ ਲਓ ਝੋਟੀ ਇਹਨੂੰ ਕੀ ਮਾਸ਼ਾਅੱਲਾ ਐਡਾ ਕੱਦ ਅਤੇ ਐਡੀ ਲੰਮੀ ਅਤੇ ਐਡੀ ਉੱਚੀ ਮੱਝ ਹਜ਼ਾਰਾਂ ਲੱਖਾਂ ਮੱਝਾਂ ਵੇਖੀਏ ਅਤੇ ਇੱਕ ਮੱਝ ਐਡੇ ਕੱਦ ਵਾਲੀ ਵਿੱਚੋਂ ਨਿਕਲਣੀ ਹੈ ਜਾਂ ਅਸੀਂ ਥੋੜ੍ਹਾ ਜਿਹਾ ਪਰਾਂ ਨੂੰ ਟੋਰ ਕੇ ਫਿਰ ਇਹ ਨੂਰਾਂ ਨੂੰ ਲਿਆ ਕਿਆ ਕੱਦ ਸ਼ਾਹ ਨੇ ਕਿਆ ਮਾਸ਼ਾਅੱਲਾ ਇਹਦੇ ਕੋਲ ਲਾਂਭ ਹੈ ਫਿਰ ਗੱਬਣ ਮੱਝ ਹੈ ਜੀ ਮਾਸ਼ਾਅੱਲਾ ਨੇੜੂ ਹੋ ਕੇ ਮੈਂ ਤੁਹਾਨੂੰ ਇਹਦੇ ਹਵਾਨੇ ਦੀਆਂ ਵਧਰਾਂ ਵਿਖਾ ਦਿੰਦਾ ਕਿ ਇਹ ਕੀ ਚੀਜ਼ ਹੈ ਮੱਝ ਬਰੀਕ ਲੰਮੀ ਗਰਦਨ ਉਵੇਂ ਹੀ ਅੱਗੋਂ ਲੰਮੀ ਬੂਥੀ ਔਰ ਬਰੀਕ ਤੁੰਨੀ ਕੋਲੀ ਦਾ ਨਾਮੋ ਨਿਸ਼ਾਨ ਕੋਣੀ ਠੱਲ ਇੱਥੇ ਇਹ ਚੈੱਕ ਕਰੋ ਜੀ ਵਧਰਾਂ ਹਵਾਨੇ ਦੀਆਂ ਖੜੀਆਂ ਜਦੋਂ ਇਹਨੇ ਇਨਸ਼ਾਅੱਲਾ ਟਾਈਮ 'ਤੇ ਆਉਣਾ ਆਹ ਸੂਹ ਦਾ ਡੋਡਾ ਛੋਡਾ ਇਹਨੇ ਮੱਝ ਨੇ ਉਹ ਤਾਂ ਚੁੱਕ ਕੇ ਮਾਰਨਾ ਪੂਰੀ ਮੁੱਠ ਮੁੱਠ ਦਾ ਥਨ ਲੱਗਿਆ ਬਿਹਤਰੀਨ ਅਤੇ ਆਲਾ ਥੋੜ੍ਹੀ ਜਿਹੀ ਦਰਦੀ ਹੈ ਤੁੰਨੀ ਕੋਲੀ ਥੱਲੇ ਵੀ ਵੜ ਜਾਈਏ ਤੁੰਨੀ ਕੋਲੀ ਫਿਰ ਵੀ ਨਹੀਂ ਲੱਭਣੀ ਕਾਲੀ ਸ਼ਾਹ ਹੈ ਪੂਛ ਦੇ ਵਿੱਚ ਸਫੈਦ ਵਾਲ ਹੈਗੇ ਨੇ ਲੇਕਿਨ ਐਵੇਂ ਥੋੜ੍ਹੇ ਜਿਹੇ ਨੇ ਜਾਂ ਅਸੀਂ ਇੱਕ ਵਾਰੀ ਹੋਰ ਪਰਾਂ ਥੋੜ੍ਹੀ ਜਿਹੀ ਲੈ ਚੱਲਣ ਨੂੰ ਜਾਂ ਅਸੀਂ ਇਹਦੀ ਡਿਟੇਲ ਨਾਲੇ ਦੱਸ ਦੇ ਸਾਢੇ 5 ਮਹੀਨੇ ਦੀ ਡਾਕਟਰ ਪਾਸ ਹਾਂ ਕਰਾਉਣੇ ਨੇ ਮਾਸ਼ਾਅੱਲਾ ਕਿਆ ਬਾਤ ਹੈ ਬਸ ਕਰ ਵੇਗੀ ਮਾਸ਼ਾਅੱਲਾ ਜੀ 8 ਜਾਨਵਰ ਵਿਖਾਏ ਨੇ 8 ਜਾਨਵਰਾਂ ਦੇ ਵਿੱਚੋਂ 3 ਜਾਨਵਰ ਗੱਬਣ ਨੇ ਔਰ ਡਿਮਾਂਡ ਸੱਚ ਇਹਦੀ ਡਿਮਾਂਡ ਕਿੰਨੀ ਸਾਢੇ 3 ਲੱਖ ਰੁਪਈਆ ਕਿਆ ਬਾਤ ਹੈ ਜੀ ਬੜੇ ਅੱਜ ਮੁੱਲ ਯਾਸੀ ਨੇ ਦਿਲ ਖੁਸ਼ ਕਰ ਦੇਣ ਵਾਲੇ ਮੁੱਲ ਕੀਤੇ ਨੇ 6 ਮੱਝਾਂ ਦੇ 3 ਲੱਖ ਤੋਂ ਥੱਲੇ ਮੁੱਲ ਨੇ 2 ਮੱਝਾਂ ਨੇ ਜਿਨ੍ਹਾਂ ਦੇ 3 ਲੱਖ ਤੋਂ ਉੱਤੇ ਮੁੱਲ ਨੇ ਔਰ ਉਹਨਾਂ ਦੇ ਬਣਦੇ ਵੀ ਉੱਤੇ ਨੇ ਇੱਕ ਦੇ ਮਗਰ ਕੱਟੀ ਏ ਕੱਟੀ ਵੀ ਚੰਗੇ ਭਲੇ ਪੈਸਿਆਂ ਦੀ ਏ ਉਹ ਪਹਿਲੇ ਨੰਬਰ 'ਤੇ ਜਿਹੜੀ ਵਿਖਾਈ ਸੀ ਮਜ਼ੀਦ ਇਹਨਾਂ 'ਚੋਂ ਥੋੜ੍ਹਾ ਥੋੜ੍ਹਾ ਪਿਆਰ ਮੁਹੱਬਤ ਵੀ ਹੋ ਜਾਏਗਾ ਬਾਕੀ 3 ਮੱਝਾਂ ਗੱਬਣ ਨੇ ਅਤੇ 5 ਮੱਝਾਂ ਜਿਹੜੀਆਂ ਨੇ ਉਹ ਖਾਲੀ ਨੇ ਵਿੱਚੋਂ 2-3 ਜਿਹੜੀਆਂ ਨੇ ਉਹ ਸ਼ੱਕ ਸ਼ੁਬੇ 'ਚ ਵੀ ਹੈਗੀਆਂ ਨੇ ਕਿਉਂਕਿ ਵਿੱਚ ਕੱਟੇ ਮਗਰ ਫਿਰਦੇ ਰਹਿੰਦੇ ਨੇ ਹੋ ਜਾਂਦੀਆਂ ਨੇ ਨਿਕਲ ਆਵਣ 'ਤੇ ਉਹ ਤਾਂ ਬੜਾ ਹੀ ਕੰਮ ਅੱਛਾ ਬਾਕੀ ਅੱਲਾਹ ਦਾ ਅੱਲਾਹ ਖੈਰ ਕਰੇ ਜਾਨਵਰ ਸਾਰੇ ਹੀ ਬ੍ਰਾਂਡ ਨੇ ਸਾਰੇ ਹੀਰੇ ਨੇ ਮਾਸ਼ਾਅੱਲਾ ਕੋਈ ਵੀ ਜਾਨਵਰ ਇਹਨਾਂ 'ਚੋਂ ਐਵੇਂ ਕਿਵੇਂ ਨਹੀਂ ਹੈਗਾ ਕਿਹੜਾ ਸਾਡਾ ਦੋਸਤ ਲਏਗਾ ਇਨਸ਼ਾਅੱਲਾ ਉਹਨੂੰ ਮੱਝਾਂ ਰਾਜ਼ੀ ਕਰਨਗੀਆਂ ਫਿਰ ਇੱਕ ਅੱਛੀ ਵੀਡੀਓ ਨਾਲ ਮਿਲਾਂਗੇ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ